चलो भाई असलम रोगी अर्ज करते हैं। चौधरी बनाया जी मुंडसो बा असलम रोगी असलम रोगी साहब का शेर है यार। चौधरी आया सौदा सौदा मंगोना दसो नाच के फड़ ले आवे। असि तेरी पिस्तौल तो डरते तेरे को गल नहीं करते। पिस्तौल उन्हें फड़ी है कि मैं फड़ी है। दोनों का परे रख देखी असि किदा ते परे ही है। आ परे है ये तानू उरे दा पता होवे ना ते तुसी कदी भी ना डरो। चलो जी मैंने ये जो शेर लिखा है ना जनाबे सदर अपने दोस्त मोहतरम तड़प साहब पे ये बैठे हैं ये वाले इन पे लिखा है। अच्छा अर्ज किया है इन पे लिखा आपने इन पे लिखा है। नहीं ख्याल है ख्याल ख्याल है सर। में जाकर अच्छा इनके बारे में कहे सर बारे में बारे इन में। पे नहीं यार पढ़ने दो यार प्लीज। असलों टिगी टा बैठे एक मिनट वो कुछ कहने लगे हैं बता यार क्या कहने जा रहे हैं। आप पहली लाइन बोल के तेरे पल्ले की रह गया दस मिनट चुप सी तेरा भरम भार इज्जत ग्वाली बोल के पूरा दे सुन ले पूरा सुन ला पूरा सुन के भी तो देख ला खुदा दा ना यार वो भी मेरे पूरे वैसे ही काबिल एहतराम है यार। अर्ज करूं जनाब ठेठा पान नहीं है दे लो जिन्ना भी करना बुढ़िया नहीं बुढ़िया तुसी कहंदे मैं अर्ज करना ते ताडी पीड़ मरवा यार पता फिर मैं चलो जी अर्ज करे असलों टिगी ढा बैठे हां आहा हा अपना आप गवा बैठे हां वाह 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 ते महंगाई दे खूह विच डिग के असी हां बड़े ही गोते खा बैठे हाय हाय पहला बंदा है पूरे मुशायरे में जिसने बा मकसद बा मानी शायरी खत्म ना कर देना जे दो शेर नहीं क्या कहने क्या पूरी केसर कर तू गोते खा बैठे हैं चल चल ते औणी नहीं होने दे ते मांस बोटी हाय 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 ए समझा बैठे हां ते ठीठा वरगू कोल साडे बैठा रहंदा ए असी अपने अल्लो दफना बैठे सही कहा बैलेंस बैलेंस हो गया बैलेंस उन्हें सारियां गल्लां दी कोई उन्हें बददुआ देती ओहो ले जी नाज़रीन जी आपने पढ़ लिया एंड आपने भी पढ़ लिया इन सब ने पढ़ लिया अब दो बड़े शोरा कराम जो है ना वो रह गए हैं और ये दरमियान में जो है ये पढ़ेंगे मैं पढ़ांगा जी सुनाए कुछ एक गल देंच रखी चौरी हुण मेरे तो चंगा ना पढ़ी सदरे पाकिस्तान ढाई तीन महीने ओ सदरे महफल ओए पाकिस्तान किधर सदरे महफल चलो ढाई तीन महीने दी तवज्जो चाहना करम ਤੁਹਾਡੇ ਤੇ ਵੀ ਹੋਏਗਾ ਟੈਨਸ਼ਨ ਨਹੀਂ ਲੈਣੀ ਤੁਹਾਡੇ ਤੇ ਵੀ ਹੋਏਗਾ ਲੋ ਬੱਲੋ ਮੈਂ ਅੱਛਾ ਅੱਛਾ ਤੁਸੀਂ ਅੱਛੂ ਹੋ ਓਕੇ ਅੱਛੂ ਕੁਮਾ ਅੱਛੂ ਕਰਮ ਨਜ਼ਰ ਨਹੀਂ ਆ ਰਿਹਾ ਅੱਛੂ ਕੁਮਾ ਅੱਛੂ ਕੁਮਾ ਅੱਛੂ ਜੀ ਜੀ ਇਹ ਸਰਦੇ ਮਹਿਫਲ ਦੋ ਪਾਈ ਆ ਅੱਛੂ ਤੇ ਬਿੱਛੂ ਦੋ ਚੂਜ਼ ਇੱਥੇ ਇਹਨਾਂ ਦੀ ਜੋੜੀ ਹਿੱਟ ਹੋਈ ਆ ਚਲੋ ਜੀ ਤੇ ਰੱਬ ਸੋਹਣੇ ਦਾ ਕਰਮ ਅੱਛੂ ਤੇ ਤੇ ਦੁਸ਼ਮਣਾਂ ਤੇ ਕਹਿਰ ਅੱਲਾਹ ਖੈਰ ਅੱਛਾ ਬਦਮਾਸ਼ੀ ਵੀ ਕਰਦਾ ਨਾਲ ਦੁਆਵਾਂ ਵੀ ਮੰਗਦਾ ਤੇ ਕਤਲਾਂ ਦੀ ਲਾ ਕੇ ਢੇਰੀ ਅੱਛੂ ਆਇਆ ਆ ਦੁਬਈ ਦੀ ਕਰਦਾ ਸੈਰ ਆਹ ਅੱਲਾ ਖੈਰ ਯਾਰ ਆ 250 ਬੰਦਾ ਮਾਰਨ ਦਾ ਲੈਣਾ ਓਏ ਉਂਜ ਭਾਵੇਂ ਮੈਂ ਕਿਰਾਏ ਤੇ ਰਹਿਣਾ ਵਾਹ ਯਾਰ ਮੇਰੀ ਗੱਲ ਸੁਣੋ ਕਿਆ ਮਜਬੂਰ ਮੇਰੀ ਫੈਮਿਲੀ ਸ਼ੋ ਦੇਖਦੀ ਹੈ ਮੇਰਾ ਠੀਕ ਆ ਤੇਰੀ ਮਿਹਰਬਾਨੀ ਆ ਆ ਤੇਰੇ ਅੱਗੇ ਹੱਥ ਜੁੜੇ ਯਾਰ ਜਾਣ ਦੇ ਖੁਦਾ ਦਾ ਨਾਮ ਉਂਜ ਤੂੰ ਕਿਰਾਏ ਤੇ ਰਹਿਣਾ ਤੈਨੂੰ ਇਹ ਵੀ ਨਹੀਂ ਪਤਾ ਮੈਂ ਕਿਵੇਂ ਬਹਿਣਾ ਯਾਰ ਬਦਮਾਸ਼ੀ ਆਪਣੀ ਜਗ੍ਹਾ ਤੇ ਧੀਆਂ ਭੈਣਾਂ ਦਾ ਤਕੱਦਸ ਆਪਣੀ ਜਗ੍ਹਾ ਤੇ ਮੇਰੀ ਗੱਲ ਸੁਣ ਤਾਂ ਲੱਕੀ ਰਾਣੀ ਜੀ ਲਵਾ ਦਵਾਂ ਛੋਟੇ ਘੋੜੇ ਨੂੰ ਪੱਠੇ ਪਾਉਣੇ ਆ ਬਸ ਇੱਥੇ ਕੀ ਖੱਟ ਲਿਆ ਵੀ ਤੈਨੂੰ ਇੱਕ ਸ਼ੇਰ ਨਾਲ ਕਿਤੇ ਕੱਪ ਮਿਲ ਗਿਆ ਬਿਸਤੀ ਹੋਇਆ ਵਾ ਯਾਰ ਚੁੱਪ ਕਰੋ ਯਾਰ ਅੱਛਾ ਸਰ ਜੀ ਸਰ ਤੇ ਲੱਤ ਤੜਾ ਲਓ ਬਾਂਹ ਕਢਾ ਲਓ ਕੁੜੀਓ ਵਾਹ ਵਾਹ ਕੀ ਬਾਤ ਮੁੰਡਿਓ ਬਾਲੋ ਚੀਜ਼ ਵੰਡੀ ਦੀ ਮੇਰੇ ਘਰ ਦੇ ਪਾਲੇ ਬਦਮਾਸ਼ ਕੋਲ ਓ ਸਰ ਦੇਖੇ ਮੇਰੀ ਬਾਤ ਸੁਣੇ ਮਸ਼ਾਰ ਮੈਨੂੰ ਚੌਰੀ ਸਾਹਿਬ ਰੋਕੋ ਇਹਨੂੰ ਸ਼ਾਇਰੀ ਪਿਆਰੀ ਚੌਰੀ ਸਾਹਿਬ ਉਹਦੇ ਪਿੱਛੇ ਅੱਲਾ ਮਾਫੀ ਦੇਵੇ ਗੱਦੀ ਟੈਪ ਬੈਠੇ ਤੁਸੀਂ ਫੜੋ ਉਹਨੂੰ ਮੈਂ ਤਾਂ ਜਾਣਦਾ ਹੀ ਨਹੀਂ ਇਹਨੂੰ ਪਰ ਦਾਦੀ ਹੁੰਦੀ ਏ ਜਨਾਬੇ ਸਦਰ ਨੇ ਤੂੰ ਮੇਰਾ ਵੀ ਐਂਡ ਖਰਾਬ ਕਰੇਗਾ ਤੇਰਾ ਮੈਂ ਐਂਡ ਹੋਣੇਗਾ ਉਹ ਚੱਲ ਯਾਰ ਸੁਣਾ ਯਾਰ ਤੇ ਲੱਤ ਤੜਾ ਲਓ ਬਾਹ ਕਢਾ ਲਓ ਆ 300 ਰੁਪਇਆ ਫੀ ਜੋੜਦਾ ਲੈਣਾ ਉਂਝ ਭਾਵੇਂ ਮੈਂ ਕਿਰਾਏ ਤੇ ਰਹਿਣਾ ਵਾਹ 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 ਦਰੀਆਂ ਤੋਂ ਪਹਿਲੇ ਤੁਸੀਂ ਦਰੀਆਂ ਤੋਂ ਬਾਅਦ ਚੌਰੀ ਤਾਲੇ ਲਾਉਣੇ ਆ ਨਹੀਂ ਤਾਲੇ ਨੇ ਅਸੀਂ ਦੂਜਾ ਆਟੋ ਲਾ ਕੇ ਸਾਡੇ ਆਪ ਹੀ ਲੱਗ ਜਾ ਖੁਦਾ ਦਾ ਵਾਸਤਾ ਮੇਰਾ ਵੀ ਕੋਈ ਯਾਦ ਕਰੋਗਾ ਉਹ ਸਰ ਸੁਣ ਲਓ ਵਿਚਾਰੇ ਬਦਮਾਸ਼ ਦੀ ਵੀ ਕੋ ਸੁਣ ਲਓ ਉਹਦੀ ਬਦਵਾਰਸ਼ ਤੱਕ ਜਾਂਦੀ ਹੈ ਫਿਰ ਉਹ ਬਦਮਾਸ਼ ਨਹੀਂ ਹੁੰਦਾ ਯਾਰ ਭਾਜੀ ਨਹੀਂ ਪਤਾ ਸੀ ਸਾਰੀ ਜ਼ਿੰਦਗੀ ਇਸ ਕੰਮ 'ਚ ਗੱਡੀ ਇੱਕ ਬਦਮਾਸ਼ ਤੇ ਦਿਲ ਵਿੱਚ ਕੁਝ ਵੀ ਨਹੀਂ ਉਹ ਰੱਖਦਾ ਦਿਲ ਨੂੰ ਵੀ ਜੇ ਪਰਵਾਹ ਨਾ ਮੁੰਡਾ ਮੈਂ ਤੈਨੂੰ ਪਹਿਲਾਂ ਰਾਮ ਨਾਲ ਬਹਿ ਹੁਣ
ਖਬਰਦਾਰ ਮੇਰਾ ਮੁੰਡਾ ਰਵਾ ਦਿੱਤਾ ਚੱਲ ਕੋਈ ਨੀ ਚੁੱਪ ਕਰਾ ਭਾਈ ਬੱਚਾ ਚੁੱਪ ਕਰ ਸਦਰ ਨੂੰ ਫੈਰ ਵਾਜ ਜਾਣਾ ਤੂੰ ਮੈਨੂੰ ਕਿਤੇ ਲਵਾ ਜੀ ਤੇ ਦਿਲ ਵਿੱਚ ਕੁਝ ਵੀ ਨਹੀਂ ਰੱਖਦਾ ਉਹ ਜੋ ਵੀ ਕਹਿਣਾ ਮੂੰਹ ਤੇ ਕਹਿਣਾ ਉੰਜ ਭਾਵੇਂ ਮੈਂ ਕਿਰਾਏ ਤੇ ਰਹਿਣਾ ਓ ਹੋ 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 ਬਈ ਸੁਭਾਨ ਅੱਲਾ ਬਈ ਸੁਭਾਨ ਅੱਲਾ ਓ ਹੋ ਹੋ ਕੀ ਕਹਿੰਨੇ ਹਾਏ ਹਾਏ ਆ ਦਾਦ ਲੈ ਲਓ ਵਾਹ ਬੜਾ ਜ਼ਬਰਦਸਤ ਦਾਦ ਲੈ ਲਓ ਹਾਏ ਹਾਏ ਉੱਥੇ ਬੈ ਚੱਲ ਓਏ ਓ ਹੋਏ ਉੱਥੇ ਬੈ ਮੇਰਾ ਪਿਸਤੌਲ ਕਿੱਥੇ ਆ ਖੈਰ ਮੈਂ ਵੀ ਚਪੇੜ ਮਾਰਤੀ ਤੇਰੇ ਉੱਥੇ ਮੈਂ ਪਿੱਛੇ ਚੋਰੀ ਕੌਣ ਆਏ ਆ ਤੈਨੂੰ ਭਾਜੀ ਲੋ ਕਹਿੰਦੇ ਵੀ ਉੱਥੇ ਮੈਂ ਬੈਠਾ ਕਿਉਂ ਨਹੀਂ ਆ ਭਾਜੀ ਕਹਿੰਦੇ ਪਿੱਛੇ ਹੋ ਕੇ ਬਹਿ ਜਾ ਹੈ ਤੂੰ ਸਾਨੂੰ ਵੀ ਗੋਲੀ ਪਰਵਾਉਣੀ ਆ ਕੀ ਹੋ ਗਿਆ ਮੈਂ ਕਹੀ ਜਾਂਦਾ ਵੀ ਗੁੱਸਾ ਉਹ ਕਰ ਜਾਂਦੇ ਆ ਉਹ ਪਿਸਤੌਲ ਕਿਹਦੇ ਕੋਲ ਹੈ ਉਹਦੇ ਕੋਲ ਜਾ ਉਧਰ ਚੱਲ ਉਧਰ ਚੱਲ ਜਾ ਤੇ ਜਿਹੜਾ ਮੇਰੇ ਚੋਰੀ ਇਹ ਕੌਣ ਆ ਤੇਰਾ ਹੈ ਇਹ ਕੌਣ ਲੱਗਦਾ ਇਹ ਮੇਰੇ ਸਾਲੇ ਦਾ ਸਾਲਾ ਜੀ ਇਹ ਕਿੱਥੋਂ ਮਿਲਿਆ ਤੈਨੂੰ ਇਹ ਮੈਨੂੰ ਆ ਗੰਦੇ ਨਾਲੇ ਤੋਂ ਆ ਗੰਦੇ ਨਾਲੇ ਦੇ ਪਿੱਛੇ ਉਧਰੋ ਮੈਂ ਕਹੀ ਯਾਰ ਭਾਜੀ ਗੁੱਸੇ ਜਾ ਜੜ ਗਏ ਓਏ ਠਹਿਰ ਇਹਦੀਆਂ ਗੋਲੀਆਂ ਵੀ ਦੇ ਦੇਣੀ ਤੇ ਮੈਂ ਮਾਰ ਦੇਣਾ ਤੈਨੂੰ ਨਹੀਂ ਇਹਨੂੰ ਨਾ ਮਾਰੀ ਆ ਵੀ ਠੀਕ ਕਰਵਾ ਲਾ ਤੂੰ ਹਾਂ ਇਹਨੂੰ ਮਾਰ ਇੱਧਰ ਆ ਪੁੱਤ ਅਸੀਂ ਬਦਮਾਸ਼ੀ ਨਹੀਂ ਕਰਦੇ ਚੱਲ ਸੁਣਾ ਹਾਂਜੀ ਅਗਲਾ ਸ਼ੇਰ ਸੁਣਾ ਉਹ ਮੇਰਾ ਪਿਸਤੌਲ ਉਹਦੇ ਕੋਲ ਮੈਂ ਭੁੱਲ ਗਿਆ ਵਾ ਹੁਣ ਉਹ ਕੋ ਇੱਕ ਗੋਲੀ ਵਾਲਾ ਇੱਕ ਛੜਵਾ ਮਾਰਨ ਵਾਲਾ ਉਹਨੂੰ ਕਹਾ ਦੇ ਮੈਂ ਗਜ਼ਲਾਂ ਦਾ ਲੈ ਦੇ ਤੂੰ ਵੱਡਾ ਮੁੰਡਾ ਉਹਦਾ ਦੇ ਯਾਰ ਚੱਲ ਚੱਲ ਸੁਣਾ ਜਾਨੀ ਦੇ ਯਾਰ ਉਹਦੇ ਪੁੱਤਰ ਨੇ ਯਾਰ ਜਨੇ ਸਾਹਿਬ ਇਹਨੂੰ ਕੋ ਸੁਣਾ ਟਾਈਮ ਨਾ ਦਇਆ ਕਰੇ ਯਾਰ ਮੈਂ ਮਾਰ ਦੇਣੀ ਹੈ ਸੁਣਾਏ ਨਾ ਸੁਣਾ ਆ ਦਿਓ ਨਾ ਫਿਰ ਮੈਂ ਗਜ਼ਲਾਂ ਦਾ ਬ੍ਰੈਸਟ ਕੱਢਾਂ ਇਹਦੀਆਂ ਵਾਗਾਂ ਖਿੱਚੋ ਜੀ ਸ਼ਾਇਰ ਦੀਆਂ ਬਦਮਾਸ਼ ਬਾਦਸ਼ਾਹ ਬਹੁਤ ਵੀ ਕੰਮ ਹੀ ਕਰਾ ਲਾ ਪਿਸਤੌਲ ਦਾ ਚੱਲ ਯਾਰ ਤੇ ਜਿੱਥੇ ਵੀ ਲੜਾਈ ਝਗੜਾ ਹੁੰਦਾ ਹਾਂ ਮੁੱਕੇ ਚੰਡਾ ਮੂੰਹ ਤੇ ਸੈਨਾ ਉੰਜ ਭਾਵੇਂ ਮੈਂ ਕਿਰਾਏ ਤੇ ਰਹਿੰਦਾ ਆਪਕੇ ਲਈ ਪੋਇਟਰੀ ਲੈ ਕੇ ਆਇਆ ਹਾਂ ਮੈਂ ਕਿਹਾ ਸ਼ਾਇਦ ਆਪ ਵੀ ਚਾਕਲੇਟ ਹੀ ਲੈ ਕੇ ਕਿਤਨੇ ਸਾਲ ਪੁਰਾਣਾ ਕਹਿਣਾ ਆਪਕੇ ਲਈ ਲਾਇਆ ਔਰ 15 ਸਾਲ ਪੁਰਾਣਾ ਇੱਕ ਟਰੱਕ ਕੇ ਪਿੱਛੇ ਲਿਖਾ ਥਾ ਕਿ ਹਰ ਲੜਕੀ ਕੇ ਮੂੰਹ ਪੇ ਨਕਾਬ ਹੋਤਾ ਹੈ ਜੋ ਹਰ ਆਸ਼ਿਕ ਕੇ ਲੀਏ ਅਜ਼ਾਬ ਹੋਤਾ ਹੈ ਮਤ ਕਰਨਾ ਹਰ ਨਕਾਬ ਵਾਲੀ ਲੜਕੀ ਸੇ ਪਿਆਰ ਐ ਵਿੱਕੀ ਅਕਸਰ ਅੱਛੀ ਪੈਕਿੰਗ ਮੇਂ ਮਾਲ ਖਰਾਬ ਹੋਤਾ ਹੈ ਮੈਨੂੰ ਵੀ ਸ਼ਾਇਰੇ ਟਰੱਕ ਕਰਤਾ ਜੀ ਉਹਨਾਂ ਨੇ ਵਾਕਈ ਸਹੀ ਕਹਿ ਰਹੇ ਫੈਕਟਰੀ ਮੇਂ ਮਾਲ ਖਰਾਬ ਹੋਤਾ ਹੈ ਨਹੀਂ ਨਹੀਂ ਉਹਨਾਂ ਨੂੰ ਭੈਣ ਨੂੰ ਕਹਿ ਰਹੇ ਤੈਨੂੰ ਹੁਣ ਪਤਾ ਲੱਗਾ ਕਿ ਟਰੱਕ ਪਿੱਛੋਂ ਹੀ ਬਹੁਤਾ ਕਿਉਂ ਵੱਜਦਾ ਵਾ ਮੈਨੂੰ ਇਹ ਡਰ ਆ ਵੀ ਉਹਨਾਂ ਵਿੱਚ ਇਹ ਸਵਾਲ ਨਾ ਹੋ ਜਾਈਏ ਇਹ ਪਾਕਿਸਤਾਨ ਕੀ ਟੀਮ ਕੇ ਲਈ ਸਾਫ ਲੈ ਕੇ ਆਏ ਹੈ ਮੇਰਾ ਨਾਮ ਆਮਨ ਹੈ ਔਰ ਮੈਂ ਸੌਂਗ ਸੁਣਾਉਣਾ ਚਾਹਤੀ ਹੂੰ ਜੀ ਜੀ ਸੁਣਾਈਏ ਤੂੰ ਹੀ ਇਹ ਮੁਝ ਕੋ ਬਤਾ ਦੇ ਚਾਹੂੰ ਮੈਂ ਆਨਾ ਆਪਣੇ ਤੂੰ ਦਿਲ ਕਾ ਬਤਾ ਦੇ ਚਾਹੂੰ ਮੈਂ ਆਨਾ ਇਤਨਾ ਬਤਾ ਦੂੰ ਤੁਝਕੋ ਚਾਹਤ ਮੈਂ ਆਪਣੇ ਮੁਝਕੋ ਯੂੰ ਤੋ ਨਹੀਂ ਇੱਕ ਤਿਆਰੋ ਤੂੰ ਹੀ ਇਹ ਮੁਝ ਕੋ ਬਤਾ ਦੇ ਚਾਹੂੰ ਮੈਂ ਆਨਾ ਸ਼ਾਬਾਸ਼ ਲਈ ਯਾਨੀ ਮੇਰਾ ਮਤਲਬ ਸਾਲੀਨ ਖਾਏ ਥੋੜ੍ਹੀ ਸੀ ਸਭੀ ਫਿਰ ਵੀ ਇਹ ਦੇਖਿਆ ਬੱਚੀ ਨੇ ਕਿਤਨਾ ਅੱਛਾ ਗਾਇਆ ਲੇਕਿਨ ਫਿਰ ਵੀ ਦੇਖੇ ਚਾਹਤ ਫਤਿਹ ਅਲੀ ਖਾਨ ਕੋ ਸ਼ਰਮ ਹੀ ਨਹੀਂ ਆਤੀ ਦੁਨੀਆ ਮੈਂ ਕੋਈ ਵੀ ਉਨ ਜੈਸਾ ਨਹੀਂ ਵਿੱਕੀ ਸਾਹਿਬ ਆਪ ਬੜਾ ਅੱਛਾ ਪ੍ਰੋਗਰਾਮ ਕਰਤੇ ਹੈ ਮਾਸ਼ਾਅੱਲਾ ਸੇ ਖੁਦਾ ਆਪਕੋ ਸਲਾਮਤ ਰੱਖੇ ਆਮੀਨ ਜੀ ਥੈਂਕ ਯੂ ਔਰ ਵਿੱਕੀ ਸਾਹਿਬ ਆਪਸੇ ਇੱਕ ਸਵਾਲ ਹੈ ਛੋਟਾ ਸਾ ਕਿ ਅਕਸਰ ਮੀਆਂ ਬੀਵੀ ਕੀ ਬਾਜ਼ੂ ਕਾ ਲੜਾਈ ਹੋ ਰਹੀ ਹੋ ਤੋ ਆਪਨੇ ਬਜਾਏ ਉਨਕੋ ਛੁੜਾਨੇ ਕੇ ਕਭੀ ਵੀਡੀਓ ਬਣਾਈ ਹੈ ਸਵਾਲ ਤਾਂ ਵੈਸੇ ਅੱਛਾ ਹੈ ਇਸਕੀ ਦੇਖੇਂਗੇ ਆਪਣਾ ਮੁਖਤਲਿਫ ਕੰਡੀਸ਼ਨਸ ਹੋਤੀ ਹੈ ਕਿ ਅਗਰ ਤੋ ਮੀਆਂ ਕਾ ਕਸੂਰ ਹੋਣਾ ਫਿਰ ਮੈਂ ਵੀਡੀਓ ਬਣਾਤਾ ਹੂੰ ਅਗਰ ਬੀਵੀ ਕਾ ਕਸੂਰ ਹੋ ਫਿਰ ਮੈਂ ਵੀਡੀਓ ਨਹੀਂ ਬਣਾਤਾ ਕਿਉਂਕਿ ਮੈਂ ਵੀ ਇੱਕ ਸ਼ੌਹਰ ਹੂੰ ਮੁਝੇ ਵੀ ਘਰ ਜਾਣਾ ਹੋਤਾ ਹੈ